ਕਿਸੇ ਦੇ ਮੋਟੇ ਬੱਚੇ ਕਿਸੇ ਦੇ ਗਿੱਟੇ ਬੱਚੇ ਮੈਂ ਕਿਸ ਤੋਂ ਕੁਛ ਨਹੀਂ ਲੈਣਾ। ਤਿੰਨ ਮਹੀਨੇ ਮੇਰੀ ਢੂਹੀ ਤੇ ਸਟੇਜ ਰਹੀ ਹੈ, ਮੈਂ ਅੰਦਰ ਸੀ, ਮੇਰੀ ਢੂਹੀ ਤੇ ਸਟੇਜ ਹੈ, ਅੱਜ ਆਪਾਂ ਦੀ ਢੂਹੀ ਤੇ ਸਟੇਜ ਹੈ। ਛੋਟੇ ਲੋਕਾਂ ਦਾ ਪਿਆਰ ਹੈ ਮੇਰੇ ਨਾਲ ਵੀ ਬਹੁਤ ਸੀ। ਛੋਟੇ ਦਿਲਾਂ ਚ ਕੀ ਆ ਮੈਂ ਦੱਸੂ, ਮੇਰੇ ਦਿਲ ਚ ਕੀ ਸੀ ਮੈਂ ਦੱਸੂ। ਗੱਲ ਕਰ ਪਹਿਲਾਂ ਮੈਂ ਤੁਹਾਨੂੰ ਯਾਦ ਕਰਾਉਣਾ ਚਾਹੁੰਦਾ ਆਪਣੇ ਪੰਜਾਬ ਦੇ ਮੱਥੇ ਤੋਂ ਕਲਾ ਤੱਕ ਪੂੰਜਣ ਵਾਲਾ ਮਹਾਨ ਸਕੂਲ ਨਾ। ਆਪਾਂ ਝੋਟਾ ਝੋਟਾ ਕੀ ਝੋਟਾ, ਇੱਕ ਪਸ਼ੂ ਭਾਲਣਾ ਚਲੋ। ਹੁਣ ਮੈਂ ਤੁਹਾਨੂੰ ਯਾਦ ਕਰਾਉਣਾ ਮੈਂ ਆਪਣੇ ਮੱਥੇ ਤੋਂ ਕਲਾ ਤੱਕ ਆਲਾ ਬਾਪੂ ਖੜਾ ਸਰਦਾਰ ਜਗਤਾਰ ਸਿੰਘ ਹਵਾਲਾ ਦੇ ਬਾਪੂ ਨੇ ਸਾਡੇ ਬੱਚੇ ਮੁੰਡੇ ਕਿਸੇ ਨਾਲ ਲਿਆ।
ਅਮਰਤਪਾਲ ਵਾਲੀ ਚੁੱਪ ਕਰਕੇ ਬਾਈ ਦੀਪ ਸਿੱਧੂ ਰੋਂਦਾ ਰਿਹਾ ਸੋਹਣਿਆਂ ਨੇ। ਜੇ ਬਾਈ ਸਿੱਧੂ ਵਾਲੇ ਉਹਦੀ ਗੱਲ ਸੁਣੀ ਹੁੰਦੀ ਯਾਰ, ਹੁਣ ਮੈਨੂੰ ਦੱਸੋ ਖੜੇ ਕਰਕੇ ਦੀਪ ਸਿੱਧੂ ਸਪੈਸ਼ਲ ਵੀ ਬਾਈ ਖੁਦ ਖੁਦ ਮੋਨੋਰੇਟ ਕਰੋ, ਇਹਨੂੰ ਜਿੰਨੀ ਛੇਤੀ ਹੋਊਗੀ ਬਿਨਾਂ ਸ਼ਰਤਾਂ ਤੋਂ ਰਿਹਾ ਕਰਕੇ ਲਿਆ। ਮੈਂ ਕੋਈ ਬਿਨਾਂ ਸ਼ਰਤ ਤੋਂ ਰਿਹਾ ਨਹੀਂ ਹੋਇਆ ਭਰਾਵੋ, ਮੈਨੂੰ ਪੁੱਛੂਗਾ ਕਿ ਮੈਂ ਦੱਸੂਗਾ ਤੇ ਚਾਰ ਹੋਰ ਪਹਿਰੇ ਮੇਰੇ ਪਰਚੇ ਹਜੇ ਕੈਸੇ ਲਿਓ, ਮੈਂ ਤਰੀਕਾ ਮੁਕਣਾ ਸੱਤ ਤਰੀਕਾ ਮੇਰੇ ਨਾਲ ਮਾਣ ਹੈ। ਆ ਬੈਠਾ ਪੁੱਛੋ ਆ ਗੁਰਦੀਪ ਚੜੀ ਵਾਲਾ, ਉਹ ਪਟਵਾਰੀ, ਉਹ ਸੁੱਖੀ, ਉਹ ਕਾਸ਼ ਕੀ ਬੋਲੇ, ਜਿੰਨੇ ਮੇਰੀ ਟੀਮ ਆਈ ਹੈ ਗੰਗਾਨਗਰ ਰਾਜਸਥਾਨ ਚਗਰਾਓ ਮੇਰੇ ਕਹੇ ਤੋਂ ਜੈਕੇ ਤੋਂ ਮੈਂ ਨਾਂ ਨੀ ਲੈ ਸਕਦਾ, ਇਕੱਲੇ ਇਕੱਲੇ ਬੰਦੇ ਮੈਂ ਸਾਂਝਾ ਧੰਨਵਾਦੀਆਂ ਬਾਈ ਵੜ ਕੇ ਯਾਰ, ਕਿਉਂਕਿ ਇਹ ਸਾਂਝਾ ਕੰਮ ਹੈ। ਹੁਣ ਗੁੱਸਾ ਨਾ ਕਰਿਆ ਕਰੋ, ਮੈਂ ਇੱਕ ਆਪਣੀ ਟੀਮ ਦੇ ਨਾਲ ਤੇ ਐਂਟੀ ਡਰੱਗ ਟਾਸਕ ਫੋਰਸ ਜਿੰਦਾ ਵਾ, ਆ ਨਾ ਸਿੱਧੂ ਜਿੰਦਾ ਵਾ, ਚਲੋ ਰਤੀਲਾ ਤੀਲਾ ਕਰ ਦਾਂਗੇ, ਮੈਨੂੰ ਨਾਰੇ ਵੀ ਲਾਉਣੇ ਵਾਲੇ ਯਾਰ। ਸੋ ਆਪਾਂ ਤਾਂ ਬੁਲਾਵਾਂਗੇ ਧੰਨਵਾਦ ਪਰਵਿੰਦਰ ਸਿੰਘ, ਸਾਡੇ ਕੋਲੇ ਬੁਲਾਰੇ ਬਹੁਤ ਨੇ, ਬਹੁਤਿਆਂ ਤੋਂ ਅਸੀਂ ਮਾਫੀ ਮੰਗਦੇ।